ਤੁਸੀਂ ਉਹਨਾਂ ਫਨਕਾਰਾਂ ਨੂੰ ਪਹਿਲਾਂ ਸੁਣ ਚੁੱਕੇ ਹੋ, ਵੇਖ ਚੁੱਕੇ ਹੋ, ਉਹਨਾਂ ਦੀਆਂ ਗੱਲਾਂ ਬਾਤਾਂ ਦਾ ਆਨੰਦ ਮਾਣ ਚੁੱਕੇ ਹੋ ਬਹੁਤ ਦੇਰ ਪਹਿਲਾਂ, ਲੇਕਿਨ ਹੁਣ ਉਹ ਸਾਡੇ ਸਟੂਡੀਓ ਦੇ ਵਿੱਚ ਫਿਰ ਮੌਜੂਦ ਨੇ, ਅੱਜ ਫਿਰ ਤਸ਼ਰੀਫ ਲਿਆਏ ਨੇ। ਕਿਉਂ? ਕਿਉਂਕਿ ਇੱਕ ਉਹਨਾਂ ਦੀ ਨਵੀਂ ਸੀਡੀ ਰਿਲੀਜ਼ ਹੋਈ ਹੈ ਜਿਸ ਬਾਰੇ ਉਹ ਸਾਨੂੰ ਦੱਸਣਗੇ, ਔਰ ਕੁਝ ਉਹਨਾਂ ਦੇ ਗੀਤ ਸੰਗੀਤ ਦਾ ਵੀ ਅਸੀਂ ਆਨੰਦ ਮਾਣਾਂਗੇ। ਅਕਸਰ ਤੁਸੀਂ ਦੇਖਦੇ ਹੋ ਕਿ ਹਰ ਹਫ਼ਤੇ ਜਿਹੜੇ ਸਾਡੇ ਪ੍ਰੋਗਰਾਮਾਂ ਦੇ ਵਿੱਚ ਮਹਿਮਾਨ ਆਉਂਦੇ ਨੇ, ਕਲਾਕਾਰ ਆਉਂਦੇ ਨੇ, ਗੱਲਾਂ ਬਾਤਾਂ ਕੁਝ ਸਾਂਝੀਆਂ ਹੁੰਦੀਆਂ ਨੇ, ਮਤਲਬ ਮਿਕਸ ਜਿਹੀਆਂ ਰੱਖੀ ਦੀਆਂ ਨੇ ਅਸੀਂ, ਕੁਝ ਨਵੀਂ ਗੱਲਬਾਤ ਵੀ ਅਸੀਂ ਕਰੀ ਦੀਏ, ਲੇਕਿਨ ਕੁਝ ਸਵਾਲ ਐਸੇ ਹੁੰਦੇ ਨੇ ਕਿ ਜਿਹੜੇ ਮਤਲਬ ਤੁਸੀਂ ਸੋਚਦੇ ਹੋਵੋਗੇ ਕਿ ਇੱਕੋ ਜਿਹੇ ਸਵਾਲ, ਕਿਉਂਕਿ ਇਸ ਪ੍ਰੋਗਰਾਮ ਦਾ ਜੋ ਜਿਹੜਾ ਸਾਡਾ ਮੌਜੂ ਹੈ, ਜਿਹੜਾ ਇਹਦਾ ਮਕਸਦ ਹੈ ਜਾਂ ਜੋ ਵੀ ਇਸ ਇਹਦੇ ਪਿੱਛੇ ਜੋ ਕਹਾਣੀ ਹੈ ਉਹ ਤੁਸੀਂ ਜਾਣਦੇ ਹੋ ਕਿ ਕਲਾਕਾਰ ਜਦੋਂ ਇਸ ਮੰਚ 'ਤੇ ਆਉਂਦੇ ਨੇ ਅਸੀਂ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਮਿਊਜ਼ਿਕ ਬਾਰੇ, ਉਹਨਾਂ ਦੇ ਮਿਊਜ਼ਿਕ ਕਰੀਅਰ ਬਾਰੇ ਗੱਲਬਾਤ ਕਰਦੇ ਹਾਂ, ਲੇਕਿਨ ਕੁਝ ਗੱਲਾਂ ਬਾਤਾਂ ਐਸੀ ਹੁੰਦੀਆਂ ਜਿਹੜੀਆਂ ਕਿ ਅਸੀਂ ਮਿਊਜ਼ਿਕ ਤੋਂ ਹਟ ਕੇ ਜਾਂ ਫਿਰ ਉਹਨਾਂ ਦੀ ਜ਼ਿੰਦਗੀ ਤੋਂ ਹਟ ਕੇ ਕਰੀਦੀਆਂ ਨੇ, ਜਿਹੜੇ ਕਿ ਆਵਾਮ ਲਈ ਜਾਂ ਫਿਰ ਆਉਣ ਵਾਲੀ ਪੀੜ੍ਹੀ ਲਈ ਫਾਇਦੇਮੰਦ ਹੁੰਦੀਆਂ ਨੇ। ਗੀਤ ਸੰਗੀਤ ਸੁਣਾ ਕੇ ਜਾਂ ਫਿਰ ਹਾਸਾ ਮਜ਼ਾਕ ਕਰਕੇ ਸਿਰਫ ਅਸੀਂ ਇਹਨਾਂ ਪ੍ਰੋਗਰਾਮਾਂ ਨੂੰ ਖਤਮ ਨਹੀਂ ਕਰਨਾ ਚਾਹੁੰਦੇ, ਪ੍ਰੋਗਰਾਮ ਦੇ ਵਿੱਚ ਕੋਈ ਮੈਸੇਜ ਜਾਂ ਕੋਈ ਪੈਗਾਮ ਵੀ ਦੇਣਾ ਚਾਹੁੰਦੇ ਹਾਂ ਜਿਹੜਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਕੁਝ ਉਹਨਾਂ ਦਾ ਫਾਇਦਾ ਮਿਲੇ। ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਨੇ ਜਨਾਬ ਜਿੰਦਰ ਭੰਡਾਰ ਅਤੇ ਪਰਗਣ ਭੰਡਾਰ, ਜੋ ਕਿ ਦੇਸੀ ਬੋਇਜ਼ ਦੇ ਮੇਨ ਆਰਟਿਸਟ ਨੇ, ਔਰ ਉਹਨਾਂ ਦੇ ਨਾਲ ਇੱਕ ਸਾਡੇ ਮਾਇਨਾਜ਼ ਢੋਲੀ, ਜੋ ਕਿ ਇੰਗਲੈਂਡ ਨਹੀਂ ਪੂਰੇ ਵਰਲਡ ਦੇ ਮਾਇਨਾਜ਼ ਢੋਲੀ ਨੇ, ਗੁਰਚਰਨ ਮੱਲ ਜੀ, ਅਸੀਂ ਉਹਨਾਂ ਨਾਲ ਵੀ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇੱਕ ਗੀਤ ਇਹਨਾਂ ਦੀ ਨਵੀਂ ਸੀ ਡੀ ਦੇ ਵਿੱਚੋਂ ਅਸੀਂ ਤੁਹਾਨੂੰ ਸੁਣਾਉਣਾ ਚਾਹੁੰਦੇ ਹਾਂ, ਆਓ ਚੱਲਦੇ ਹਾਂ ਇਸ ਗੀਤ ਵੱਲ।